हेलो व्यूअर्स वेलकम टू माय चैनल स्टडी मेंटोर आज जा जा रहे हैं भाग, इस तो पहला आपा ਕਰਨ ਜਾ ਰਹੇ ਹਾਂ ਪੰਜਾਬੀ ਵਿਆਕਰਨ ਦਾ 12ਵਾਂ ਭਾਗ ਇਸ ਤੋਂ ਪਹਿਲਾਂ ਆਪਾਂ 11 ਭਾਗ ਪੰਜਾਬੀ ਵਿਆਕਰਨ ਦੇ ਕਰ ਚੁੱਕੇ ਹਾਂ ਜੋ ਕਿ ਤੁਹਾਡੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹਨ ਇਹਨਾਂ ਨੂੰ ਆਪਾਂ ਬਹੁਤ ਜ਼ਿਆਦਾ ਡਿਟੇਲ ਵਿੱਚ ਕੀਤਾ ਹੈ ਜੋ ਕਿ ਤੁਹਾਡੇ ਲਈ ਬਹੁਤ ਜ਼ਿਆਦਾ ਵਧੀਆ ਹੈ ਆਪਾਂ ਬੇਸਿਕ ਤੋਂ ਲੈ ਕੇ ਹਾਈ ਲੈਵਲ ਤੱਕ ਸਾਰੇ ਤਰ੍ਹਾਂ ਦੀ ਪੰਜਾਬੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪੰਜਾਬੀ ਵਿਆਕਰਨ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਜੋ ਜਿਸ ਤਰ੍ਹਾਂ ਦਾ ਵੀ ਕੁਐਸਚਨ ਆਏ ਐਗਜ਼ਾਮ ਵਿੱਚ ਤੁਹਾਨੂੰ ਆਂਦਾ ਹੋਵੇ ਠੀਕ ਹੈ ਇਸ ਵਿੱਚ ਆਪਾਂ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਕਿਰਿਆ ਕਾਲ ਕਿਰਿਆ ਵਿਸ਼ੇਸ਼ਣ ਲਿੰਗ ਵਚਨ ਵਿਆਕਰਨ ਬੋਲੀ ਭਾਸ਼ਾ ਵਿਸਮਿਕ ਇਹ ਸਭ ਆਪਾਂ ਕਰ ਚੁੱਕੇ ਹਾਂ ਇਹਨਾਂ ਦੇ ਪ੍ਰਕਾਰ ਨੂੰ ਵੀ ਆਪਾਂ ਡਿਟੇਲ ਵਿੱਚ ਚੰਗੀ ਤਰ੍ਹਾਂ ਕੀਤਾ ਹੈ ਠੀਕ ਹੈ ਤਾਂ ਕਿ ਜਿਸ ਤਰ੍ਹਾਂ ਦਾ ਵੀ ਕੁਐਸਚਨ ਪੇਪਰ ਦੇ ਵਿੱਚ ਆਵੇ ਤੁਹਾਨੂੰ ਸਮਝ ਆ ਜਾਏ ਤੁਹਾਨੂੰ ਜਿਵੇਂ ਕਿ ਮੈਂ ਦੱਸਿਆ ਹੈ ਹਰ ਵਾਰੀ ਦੱਸਦੀ ਹਾਂ ਕਿ ਪੰਜਾਬ ਦੇ ਜਿਹੜੇ ਕੰਪੀਟੀਟਿਵ ਗਵਰਨਮੈਂਟ ਐਗਜ਼ਾਮ ਹੁੰਦੇ ਆ ਉਹਨਾਂ ਵਿੱਚ ਪੰਜਾਬੀ ਹਰ ਪੇਪਰ ਵਿੱਚ 5 ਜਾਂ 10 ਨੰਬਰ ਦੀ ਜ਼ਰੂਰ ਜ਼ਰੂਰ ਆਂਦੀ ਹੈ ਤੇ ਇਹ ਤੁਹਾਡੇ ਜੇ ਤੁਸੀਂ ਤਿਆਰੀ ਕਰੋ ਤਾਂ ਬਿਲਕੁਲ ਫ੍ਰੀ ਦੇ ਨੰਬਰ ਹਨ ਤੁਹਾਡੇ ਲਈ ਠੀਕ ਹੈ ਤਾਂ ਇਸ ਕਰਕੇ ਤੁਸੀਂ ਪੰਜਾਬੀ ਵਿਆਕਰਣ ਨੂੰ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਕਰਨਾ ਹੈ ਚੰਗੀ ਤਰ੍ਹਾਂ ਸਮਝਣਾ ਹੈ ਠੀਕ ਹੈ ਜੋ ਕੁਝ ਮੈਂ ਤੁਹਾਡੇ ਲਈ ਤੁਹਾਨੂੰ ਕਰਵਾ ਰਹੀ ਹਾਂ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੈ ਠੀਕ ਹੈ ਅਗਰ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਇਸ ਤਰ੍ਹਾਂ ਦੇ ਰਿਲੇਟਿਡ ਕੋਈ ਵੀ ਵੀਡੀਓ ਆਏ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਏ ਠੀਕ ਹੈ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਹੁਣ ਅੱਜ ਆਪਾਂ ਕਰਨ ਜਾ ਰਹੇ ਹਾਂ ਸ਼ਬਦ ਰਚਨਾ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਇਸ ਦੇ ਨਾਲ ਰਿਲੇਟਿਡ ਬਹੁਤ ਤਰ੍ਹਾਂ ਦੇ ਕੁਐਸਚਨ ਐਗਜ਼ਾਮ ਵਿੱਚ ਪੁੱਛੇ ਜਾਂਦੇ ਹਨ ਜੋ ਕੁਐਸਚਨ ਇਹਨਾਂ ਵਿੱਚੋਂ ਪੁੱਛੇ ਜਾਂਦੇ ਹਨ ਮੈਂ ਤੁਹਾਨੂੰ ਦੱਸ ਦਾਂਗੀ ਪਹਿਲਾਂ ਸ਼ਬਦ ਰਚਨਾ दो प्रकार की हुंदी है ठीक है शब्द रचना दी होंगी है शब्द रचना दो प्रकार की इसके किन्ने भाग हैं इस भाग हैं शब्द रचना दे मुख दो भाग होंगे हैं मूल शब्द ते रचित शब्द ठीक है हम पहला आप करते हाँ मूल शब्द की होंगे है ਇੰਦੇ ਇਹ ਜਿਹੜੇ ਸ਼ਬਦ ਰਚਨਾ ਹੈ ਜਾਂ ਇਹਨਾਂ ਦੇ ਅੱਗੇ ਜਿਹੜੇ ਪ੍ਰਕਾਰ ਹੈ ਭਾਗ ਹੈ ਇਹਨਾਂ ਦੇ ਆਪਾਂ ਡੈਫੀਨੇਸ਼ਨ ਪਰਿਭਾਸ਼ਾ ਨਹੀਂ ਪੁੱਛੀ ਜਾਂਦੀ ਸਗੋ ਜਿਹੜੇ ਇਹਨਾਂ ਦੇ ਉਦਾਹਰਨ ਹੈਗੀਆਂ ਜਿਹੜਾ ਇਹਨਾਂ ਦੇ ਕਿਸ ਤਰ੍ਹਾਂ ਇਹ ਸ਼ਬਦਾਂ ਨੂੰ ਬਣਾਇਆ ਜਾਂਦਾ ਹੈ ਮੂਲ ਸ਼ਬਦ ਕਿਹੜੇ ਹਨ ਰਚਿਤ ਸ਼ਬਦ ਕਿਹੜੇ ਹਨ ਸਮਾਸੀ ਸ਼ਬਦ ਕਿਹੜੇ ਹਨ ਜਾਂ ਜੋ ਵੀ ਇਹਦੇ ਵਿੱਚ ਅਗੇਤਰ ਪਛੇਤਰ ਕਿਹੜਾ ਲੱਗਿਆ ਇਸ ਤਰ੍ਹਾਂ ਦੇ ਕੁਸ਼ਣ ਇੰਦੇ ਚ ਬਹੁਤ ਜ਼ਿਆਦਾ ਵਾਰੀ ਪੁੱਛੇ ਜਾਂਦੇ ਹਨ ਜੋ ਕਿ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹਨ ਪਰ ਇਹ ਸਮਝ ਤਾਂ ਹੀ ਆਣਗੇ ਜੇ ਤੁਸੀਂ ਇਸ ਦੀ ਪਰਿਭਾਸ਼ਾ ਨੂੰ ਚੰਗੀ ਤਰ੍ਹਾਂ ਸਮਝੋਗੇ ਫਿਰ ਪੇਪਰ ਵਿੱਚ ਜਿਵੇਂ ਵਿੱਚ ਔਖਾ ਸੋਖਾ ਜੋ ਵੀ ਆਏਗਾ ਤੁਹਾਨੂੰ ਨਾਲ ਦੇ ਨਾਲ ਸਮਝ ਆ ਜਾਏਗਾ ਆਪਾਂ ਅੱਜ ਕਰਨ ਜਾ ਰਹੇ ਹਾਂ ਪਹਿਲਾ ਪਾਠ ਹੈ ਇਹਨ ਦਾ ਜੋ ਕਿ ਪਹਿਲਾ ਪ੍ਰਕਾਰ ਹੈ ਇਸ ਦਾ ਮੂਲ ਭਾਸ਼ਾ ਜੋ ਸ਼ਬਦ ਆਪਣੇ ਆਪ ਵਿੱਚ ਪੂਰਾ ਹੁੰਦਾ ਹੈ ਅਤੇ ਹੋਰ ਕਿਸੇ ਤੋਂ ਨਹੀਂ ਬੰਦਾ ਉਸ ਨੂੰ ਕੀ ਕਿਹਾ ਜਾਂਦਾ ਹੈ ਮੂਲ ਸ਼ਬਦ ਕਿਹਾ ਜਾਂਦਾ ਹੈ ਮਤਲਬ ਜਿਹੜਾ ਸ਼ਬਦ ਇੱਕ ਕਿਸੇ ਹੋਰ ਸ਼ਬਦ ਨਾਲ ਮਿਲ ਕੇ ਨਹੀਂ ਬੰਦਾ ਉਸ ਦਾ ਆਪਣਾ ਹੀ ਅਰਥ ਹੁੰਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਮੂਲ ਸ਼ਬਦ ਜਿਵੇਂ ਕਿ ਘਰ ਇਹ ਕਿਸੇ ਸ਼ਬਦ ਤੋਂ ਮਿਲ ਕੇ ਨਹੀਂ ਬਣਿਆ ਇਸ ਦਾ ਆਪਣਾ ਹੀ ਅਰਥ ਹੈ ਮਾਰ ਰੋਗ ਯੋਗ ਪੁੱਤਰ ਕਾਲ ਆਦਿ ਠੀਕ ਹੈ ਹੁਣ ਨੈਕਸਟ ਆਪਣੇ ਕੋਲ ਦੂਸਰਾ ਰਚਿਤ ਸ਼ਬਦ ਰਚਿਤ ਸ਼ਬਦ ਬਿਲਕੁਲ ਉਲਟਾ ਜੋ ਸ਼ਬਦ ਕਿਸੇ ਹੋਰ ਸ਼ਬਦ ਜਾਂ ਸ਼ਬਦਾਂ ਦੀ ਸਹਾਇਤਾ ਨਾਲ ਬੰਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਰਚਿਤ ਸ਼ਬਦ ਕਿਹਾ ਜਾਂਦਾ ਹੈ ਠੀਕ ਹੈ ਬਿਲਕੁਲ ਉੰਦੇ ਉਲਟ ਹੋ ਗਿਆ ਉਹਦੇ ਵਿੱਚ ਕਿਸੇ ਹੋਰ ਸ਼ਬਦ ਦੀ ਲੋੜ ਨਹੀਂ ਹੁੰਦੀ ਉਹ ਆਪਣੇ ਆਪ ਹੀ ਉਸ ਦਾ ਅਰਥ ਨਿਕਲਦਾ ਹੈ ਜਾਂ ਆਪਣੇ ਆਪ ਹੀ ਉਹ ਸ਼ਬਦ ਬੰਦਾ ਹੈ ਇਸ ਵਿੱਚ ਇੱਕ ਹੋਰ ਸ਼ਬਦ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਰਚਿਤ ਸ਼ਬਦ ਹੋਰ ਸ਼ਬਦਾਂ ਦੀ ਜ਼ਰੂਰਤ ਹੁੰਦੀ ਹੈ ਹੋਰ ਸ਼ਬਦਾਂ ਦੀ ਸਹਾਇਤਾ ਨਾਲ ਹੀ ਇਹ ਸ਼ਬਦ ਬੰਦੇ ਹਨ ਜਿਵੇਂ ਕਿ ਬੇਘਰ ਘਰ ਆਪਣੇ ਆਪ ਵਿੱਚ ਮੂਲ ਸ਼ਬਦ ਹੈ ਜਦੋਂ ਇਹਦੇ ਨਾਲ ਬੇ ਲਗਾ ਦਿੱਤਾ ਤਾਂ ਇੱਕ ਹੋਰ ਸ਼ਬਦ ਬਣ ਗਿਆ ਬੇਘਰ ਇਹ ਕੀ ਹੈ ਰਚਿਤ ਸ਼ਬਦ ਕਿਉਂਕਿ ਇਹਨੂੰ ਰਚਿਆ ਗਿਆ ਹੈ ਠੀਕ ਹੈ ਅਮਰ ਜਿਹੜਾ ਆੜਾ ਹੈ ਇਹ ਇੱਕ ਵੱਖਰਾ ਸ਼ਬਦ ਹੈ ਮਰ ਇੱਕ ਮੂਲ ਸ਼ਬਦ ਹੈ ਇਸ ਦਾ ਆਪਣਾ ਅਰਥ ਹੈ ਅ ਦਾ ਕੋਈ ਅਰਥ ਨਹੀਂ ਇਹਨਾਂ ਨੂੰ ਇਕੱਠਾ ਜੋੜ ਦਿੱਤਾ ਠੀਕ ਹੈ ਤਾਂ ਕਿ ਬਣ ਗਿਆ ਅਮਰ ਅਰੋਗ ਅਯੋਗ ਸ ਪੁੱਤਰ ਪੁੱਤਰ ਆਪਣਾ ਇੱਕ ਮੂਲ ਸ਼ਬਦ ਹੈ ਅਕਾਲ ਕਾਲ ਇੱਕ ਮੂਲ ਸ਼ਬਦ ਹੈ ਅਕਾਲ ਠੀਕ ਹੈ ਕੀ ਬਣ ਗਿਆ ਇੱਕ ਰਚਿਤ ਸ਼ਬਦ ਬਣ ਗਿਆ ਠੀਕ ਹੈ ਅੱਗੇ ਡਿਟੇਲ ਵਿੱਚ ਆਪਾਂ ਹੋਰ ਇਹਨਾਂ ਨੂੰ ਕਰਾਂਗੇ ਕਿ ਇਹ ਕਿਵੇਂ-ਕਿਵੇਂ ਬੰਦੇ ਹਨ ਜਿਵੇਂ ਆੜਾ ਇਹ ਅਗਿੱਤਰ ਲੱਗਿਆ ਹੋਇਆ ਇਹਨਾਂ ਨੂੰ ਅੱਗੇ ਆਪਾਂ ਡਿਟੇਲ ਵਿੱਚ ਕਰਦੇ ਹਾਂ ਹੁਣ ਅੱਗੇ ਰਚੀ ਸ਼ਬਦ ਨੂੰ ਵੀ ਅੱਗੇ ਦੋ ਪ੍ਰਕਾਰ ਵਿੱਚ ਵੰਡਿਆ ਗਿਆ ਹੈ ਇਹ ਦੋ ਪ੍ਰਕਾਰ ਦੇ ਹੁੰਦੇ ਹਨ ਇੱਕ ਸਮਾਸੀ ਤੇ ਇੱਕ ਉਤਪੰਨ ਸ਼ਬਦ ਠੀਕ ਹੈ ਜਿਹੜੇ ਉਤਪੰਨ ਹੁੰਦੇ ਹਨ ਤੇ ਸਮਾਸੀ ਸ਼ਬਦ ਹੁੰਦੇ ਹਨ ਸਮਾਸੀ ਸ਼ਬਦ ਦੋ ਜਾਂ ਦੋ ਤੋਂ ਵੱਧ ਮੂਲ ਸ਼ਬਦਾਂ ਦੇ ਮਿਲਾਪ ਤੋਂ ਬਣੇ ਸ਼ਬਦ ਨੂੰ ਕੀ ਕਿਹਾ ਜਾਂਦਾ ਹੈ ਸਮਾਸੀ ਸ਼ਬਦ ਕਿਹਾ ਜਾਂਦਾ ਹੈ ਦੋ ਜਾਂ ਦੋ ਤੋਂ ਵੱਧ ਮੂਲ ਸ਼ਬਦਾਂ ਦੇ ਮਿਲਾਪ ਠੀਕ ਹੈ ਦੋ ਜਾਂ ਦੋ ਸ਼ਬਦਾਂ ਤੋਂ ਵੱਧ ਮੂਲ ਸ਼ਬਦਾਂ ਦੇ ਮਿਲਾਪ ਜਿਹੜੇ ਦੋ ਮੂਲ ਸ਼ਬਦ ਹੁੰਦੇ ਹਨ ਉਹਨਾਂ ਦੇ ਮਿਲਾਪ ਤੋਂ ਇੱਕ ਸ਼ਬਦ ਬੰਦਾ ਹੈ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਰਚਿਤ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਹੈ ਸਮਾਸੀ ਸ਼ਬਦ ਕਹਾ ਜਾਂਦਾ ਹੈ ਜਿਵੇਂ ਕਿ ਇੱਕ ਗੁਰੂ ਹੋ ਗਿਆ ਗੁਰੂ ਇੱਕ ਮੁਖ ਗੁਰਮੁਖ ਠੀਕ ਹੈ ਇਹ ਗੁਰੂ ਵੀ ਇੱਕ ਵੱਖਰਾ ਕੀ ਬਣ ਜਾਂਦਾ ਹੈ ਮੂਲ ਸ਼ਬਦ ਮੁਖ ਵੀ ਮੂਲ ਸ਼ਬਦ ਇਹਨਾਂ ਨੂੰ ਇਕੱਠਾ ਕਰਤਾ ਤਾਂ ਕੀ ਬਣ ਗਿਆ ਗੁਰਮੁਖ ਕਰਤਾ ਇਹ ਵੀ ਇੱਕ ਮੂਲ ਸ਼ਬਦ ਹੈ ਪੁਰਕਵਿਕ ਮੂਲ ਸ਼ਬਦ ਹੈ ਕਰਤਾ ਪੁਰਕ ਬਦ ਕਿਸਮਤ ਠੀਕ ਹੈ ਬਦ ਨਾਮ ਅਖੰਡ ਭਾਰਤ ਅਖੰਡ ਪਾਠ ਇਕੱਠਾ ਬਣ ਗਿਆ ਸਤਨਾਮ ਸਤ ਸੰਗ ਕਈ ਵਾਰ ਪੇਪਰਾਂ ਦੇ ਵਿੱਚ ਇਹ ਬਹੁਤ ਵਾਰ ਪੁੱਛਿਆ ਜਾਂਦਾ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਚਾਰ ਆਪਸ਼ਨ ਦੇ ਦਿੱਤੇ ਜਾਂਦੇ ਹਨ ਉੱਪਰ ਲਿਖਿਆ ਹੁੰਦਾ ਇਹਨਾਂ ਵਿੱਚੋਂ ਇੱਕ ਸਮਾਸੀ ਸ਼ਬਦ ਚੁਣੋ ਠੀਕ ਹੈ ਇਸ ਲਈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੁਹਾਨੂੰ ਸਮਝ ਆਣਾ ਕਿ ਇਹ ਅਗੇਤਰ ਵਾਲੇ ਹੈ ਜਾਂ ਪਿਛੇਤਰ ਵਾਲੇ ਮੈਂ ਤੁਹਾਨੂੰ ਅਗੇਤਰ ਪਿਛੇਤਰ ਵੀ ਕਰਾਵਾਂਗੀ ਪਰ ਸਮਾਸੀ ਸ਼ਬਦ ਅਗੇਤਰ ਪਛੇਤਰ ਪੇਪਰ ਵਿੱਚ ਇੱਕ ਕੁਐਸਚਨ ਇਹਨਾਂ ਵਿੱਚੋਂ ਜ਼ਰੂਰ ਹੀ ਪੁੱਛਿਆ ਜਾਂਦਾ ਹੈ ਇਹਨਾਂ ਵਿੱਚੋਂ ਸਮਾਸੀ ਸ਼ਬਦ ਕਿਹੜਾ ਹੈ ਠੀਕ ਹੈ ਅੱਗੇ ਇਸ ਦੇ ਨਾਲ ਦੇ ਹੋਰ ਸ਼ਬਦ ਹਨ ਹੱਥ ਕੜੀ ਹੱਥ ਕੜੀ ਹੱਥ ਪੈਰ ਹੱਥ ਪੈਰ ਘੜੀ ਮੂੜੀ ਘੜੀ ਮੂੜੀ ਚਰਨ ਕਮਲ ਚਰਨ ਕਮਲ ਇਹਨਾਂ ਨੂੰ ਇਕੱਠਾ ਕਰਦੇ ਤੇ ਜਿਹੜੇ ਮੂਲ ਸ਼ਬਦਾਂ ਤੋਂ ਸ਼ਬਦ ਬਣੇ ਹਨ ਉਹਨਾਂ ਨੂੰ ਸਮਾਸੀ ਸ਼ਬਦ ਕਿਹਾ ਜਾਂਦਾ ਹੈ ਜਪ ਤਪ ਜਪ ਇੱਕ ਵੱਖਰਾ ਮੂਲ ਸ਼ਬਦ ਵੀ ਹੈ ਤਪ ਵੀ ਇੱਕ ਮੂਲ ਸ਼ਬਦ ਹੈ ਇਹਨਾਂ ਦੋਨਾਂ ਨੂੰ ਜਦੋਂ ਇੰਨਾ ਦਾ ਮਿਲਾਪ ਕਰਤਾ ਕੀ ਬਣ ਗਿਆ ਜਪ ਤਪ ਇੱਕ ਹੀ ਬਣ ਗਿਆ ਸਮਾਸੀ ਸ਼ਬਦ ਬਹੁਤ ਜ਼ਿਆਦਾ ਤੁਹਾਡੇ ਲਈ ਮਹੱਤਵਪੂਰਨ ਹੈ ਇਹਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਲਓ ਮੈਂ ਬਾਕੀ ਤੁਹਾਨੂੰ ਜਿਹੜੇ ਮੈਂ ਤੁਹਾਨੂੰ ਅੱਗੇ ਕੁਐਸਚਨ ਕਰਾਵਾਂਗੀ ਪ੍ਰੀਵੀਅਸ ইয়ার ਕੁਐਸਚਨ ਐਮਸੀਕਿਊ ਤੁਹਾਡੇ ਲਈ ਲੈ ਕੇ ਆਵਾਂਗੀ ਉਹਨਾਂ ਵਿੱਚ ਤੁਹਾਨੂੰ ਦਿਖਾਵਾਂਗੀ ਕਿ ਇਸ ਤਰ੍ਹਾਂ ਪੇਪਰ ਵਿੱਚ ਪੁੱਛੇ ਜਾਂਦੇ ਹਨ ਤੇ ਉਹ ਤੁਸੀਂ ਚੰਗੀ ਤਰ੍ਹਾਂ ਸਮਝ ਜੇ ਤੁਸੀਂ ਹੁਣ ਸਮਝੇ ਹੋਣਗੇ ਤਾਂ ਤੁਹਾਨੂੰ ਤੁਸੀਂ ਆਪਣੇ ਆਪ ਹੀ ਉਹਨਾਂ ਦੇ ਆਨਸਰ ਦੇ ਦਿਓਗੇ ਠੀਕ ਹੈ ਹੁਣ ਆਪਾਂ ਇਸ ਦਾ ਅਗਲਾ ਪ੍ਰਕਾਰ ਕਰਨ ਜਾ ਰਹੇ ਹਾਂ ਉਤਪੰਨ ਸ਼ਬਦ ਉਹ ਰਚਿਤ ਸ਼ਬਦ ਜੋ ਮੂਲ ਸ਼ਬਦਾ ਨਾਲ ਅਗੇਤਰ ਜਾਂ ਪਿਛੇਤਰ ਲੱਗ ਕੇ ਬੰਦੇ ਹਨ ਉਹਨਾਂ ਨੂੰ ਉਤਪੰਨ ਸ਼ਬਦ ਕਿਹਾ ਜਾਂਦਾ ਹੈ ਇਸ ਵਿੱਚ ਕੀ ਸੀ ਦੋਨੋਂ ਸ਼ਬਦ ਕੀ ਸੀ ਸਮਾਸੀ ਵਿੱਚ ਦੋਨੋਂ ਦੇ ਦੋਨੋਂ ਮੂਲ ਸ਼ਬਦ ਤੋਂ ਬਨੇ ਸੀ ਪਰ ਉਤਪੰਨ ਸ਼ਬਦ ਵਿੱਚ ਕੀ ਹੈ ਕਿ ਮੂਲ ਸ਼ਬਦ ਜਾਂ ਇਸ ਦੇ ਅੱਗੇ ਕੁਝ ਹੋ ਕੋਈ ਹੋਰ ਸ਼ਬਦ ਲੱਗਿਆ ਹੋਏਗਾ ਜਾਂ ਉਸ ਦੇ ਪਿੱਛੇ ਕੋਈ ਹੋਰ ਸ਼ਬਦ ਜਿਵੇਂ ਆਪਾਂ ਹੁਣੇ ਹੀ ਪੜਿਆ ਸੀ ਆਮਰ ਠੀਕ ਹੈ ਇਸ ਵਿੱਚ ਮਰ ਕੀ ਹੈ ਮੂਲ ਸ਼ਬਦ ਹੈ ਕੱਲਾ ਆੜਾ ਲੱਗਿਆ ਹੋਇਆ ਹੈ ਆੜਾ ਕੀ ਹੈ ਅਗੇਤਰ ਜਦੋਂ ਕੋਈ ਅੱਗੇ ਇੱਕ ਵੱਖਰਾ ਸ਼ਬਦ ਲੱਗਿਆ ਹੋਵੇ ਠੀਕ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਅਗੇਤਰ ਜੇ ਪਿੱਛੇ ਲੱਗਿਆ ਹੋਵੇ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਪਿਛੇਤਰ ਜਿਵੇਂ ਕਿ ਹੁਣ ਆਪਨੇ ਕੋਲ ਉਧਾਰਨਾ ਹੈਗੀ ਹੈ ਨਿਕੰਮਾ ਉਪਕਾਰ ਉਪ ਕੀ ਹੈ ਅਗੇਤਰਕਾਰ ਇਕ ਸ਼ਬਦ ਹੈ ਨਿਕੰਮਾ ਕੰਮਾ ਕੰਮ ਕਰਨ ਵਾਲਾ ਠੀਕ ਹੈ ਨੀ ਲੱਗ ਗਿਆ ਏ ਕੀ ਅਗੇਤਰ ਲੱਗ ਗਿਆ ਅਮਰ ਜਿਵੇਂ ਕਿ ਮੈਂ ਤੁਹਾਨੂੰ ਨੇ ਉਦਾਹਰਣ ਦਿੱਤੀ ਸੀ ਅਨਪੜ ਪੜਿਕ ਮੂਲ ਸ਼ਬਦ ਹੈ ਅਨ ਕੋਈ ਮੂਲ ਸ਼ਬਦ ਨਹੀਂ ਹੈ ਇਸ ਨਾਲ ਜਦੋਂ ਜੁੜ ਗਿਆ ਏ ਕੀ ਬਣ ਗਿਆ ਇੱਕ ਉਤਪੰਨ ਸ਼ਬਦ ਬਣ ਗਿਆ ਜਾਂ ਰਚਿਤ ਸ਼ਬਦ ਜਿਵੇਂ ਵੀ ਤੁਸੀਂ ਇਹਨੂੰ ਕਹਿ ਸਕਦੇ ਹੋ ਠੀਕ ਹੈ ਅਵਗੁਣ ਵਿਅਰਥ ਠੀਕ ਹੈ ਅਰਥ ਇੱਕ ਸ਼ਬਦ ਹੈ ਅਰਥਿਕ ਮੂਲ ਸ਼ਬਦ ਹੈ ਵੀ ਜਦੋਂ ਅੱਗੇ ਲੱਗ ਗਿਆ ਤਾਂ ਇਹ ਕੀ ਬਣ ਗਿਆ ਇੱਕ ਉਤਪੰਨ ਸ਼ਬਦ ਰਚਿਤ ਸ਼ਬਦ ਬਣ ਗਿਆ ਹੁਣ ਇਹ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਉਤਪੰਨ ਸ਼ਬਦ ਵੀ ਅੱਗੇ ਦੋ ਪ੍ਰਕਾਰ ਦੇ ਹੁੰਦੇ ਹਨ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਅਗੇਤਰ ਤੇ ਪਿਛੇਤਰ ਹੁਣ ਅਗੇਤਰ ਕੀ ਕਿਹੜੇ ਸ਼ਬਦ ਹੁੰਦੇ ਹਨ ਉਹ ਸ਼ਬਦ ਜਿਹੜੇ ਮੂਲ ਸ਼ਬਦ ਦੇ ਅੱਗੇ ਲੱਗ ਕੇ ਉਸ ਦੀ ਨਵੀਂ ਰਚਨਾ ਕਰਦੇ ਹਨ ਅਤੇ ਮੂਲ ਸ਼ਬਦਾਂ ਦੇ ਅਰਥ ਵਿੱਚ ਵਿਸ਼ੇਸ਼ਤਾ ਪੈਦਾ ਕਰਦੇ ਹਨ ਉਸ ਨੂੰ ਕੀ ਕਿਹਾ ਜਾਂਦਾ ਹੈ ਅਗੇਤਰ ਕਹਿੰਦੇ ਹਨ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਮੂਲ ਸ਼ਬਦ ਦੇ ਅੱਗੇ ਲੱਗ ਕੇ ਇੱਕ ਨਵਾਂ ਸ਼ਬਦ ਬੰਦਾ ਹੈ ਉਸ ਨੂੰ ਹੀ ਕੀ ਕਿਹਾ ਜਾਂਦਾ ਹੈ ਅਗੇਤਰ ਕਿਹਾ ਜਾਂਦਾ ਹੈ ਜਿਵੇਂ ਕਿ ਆਪਾਂ ਉਦਾਹਰਣ ਦੇਖ ਲੈਣੇ ਹਾਂ ਊ ਲਗਾ ਦਿੱਤਾ ਠੀਕ ਹੈ ਕੀ ਬਣ ਗਿਆ ਇੰਦਾ ਜਦੋਂ ਇਹਦੇ ਉਦਾਹਰਣ ਦੇ ਵਿੱਚ ਉਹ ਨਿਦਰਾ ਉਲੰਘਨ ਲੰਘਨਿਕ ਕੀ ਹੈ ਸ਼ਬਦ ਹੈ ਮੂਲ ਸ਼ਬਦ ਹੈ ਉਤਾਵਲਾ ਠੀਕ ਹੈ ਇਹਨਾਂ ਦੇ ਨਾਲ ਊ ਲੱਗਣ ਨਾਲ ਇਹ ਇੱਕ ਅਗੇਤਰ ਲੱਗ ਗਿਆ ਉਪ ਉਪਕਾਰ ਉਪਪਮਾਨ ਉਪਨਿਯਮ ਇਹ ਕੀ ਬਣ ਗਿਆ ਅਗੇਤਰ ਬਣ ਗਿਆ ਅੱਗੇ ਇਸ ਦੇ ਹੋਰ ਉਦਾਹਰਨ ਵੀ ਆਪਾਂ ਦੇਖ ਲੈਣੇ ਆਂ ਦੇਖ ਲੈਣੇ ਆ ਜਿਵੇਂ ਕਿ ਆੜਾ ਲੱਗਿਆ ਅਮਰ ਅਕਾਲ ਅਭੁੱਲ ਅਮੁੱਲ ਸਹਾਇ ਅਖਿਆ ਅਡੋਲ ਅਗਿਆਨੀ ਉਪ ਅਪਜਸ અપਮਾਨ ਅਪਸ਼ਬਦ अध अधरिजा अधनंगा अध सोया अधरंग ठीक है सारे की हैं ये सारे अगेत्र अव अवगुण अवगत अवना अणअनिठ अन, अन, अनबन, अनलग स लग गया तपुत्र सबल सजीव सरूप सु लग गया तो सुमत सुपात्र सुचज सुभाग ये बहुत ज़्यादा महत्वपूर्ण हैं क्योंकि पेपर विच क्वेश्चन ਪੁੱਛੇ ਜਾਂਦੇ ਹਨ ਚਾਹੇ ਸਮਾਸੀ ਦੇ ਚਾਹੇ ਅਗੇਤਰ ਪਿਛੇਤਰ ਇਹਨਾਂ ਵਿੱਚੋਂ ਅਗੇ ਅਗੇਤਰ ਕਿਹੜਾ ਕਿੰਦੇ ਨਾਲ ਲੱਗਿਆ ਹੋਇਆ ਹੈ ਉਸ ਨੂੰ ਅਗੇਤਰ ਵਿੱਚ ਬਦਲੋ ਇਸ ਦੇ ਪਛੇਤਰ ਵਾ ਲਗਾ ਕੇ ਕਿਹੜਾ ਸ਼ਬਦ ਬਣ ਜਾਏਗਾ ਇਸ ਤਰ੍ਹਾਂ ਦੇ ਬਹੁਤ ਕੁਐਸਚਨ ਪੁੱਛੇ ਜਾਂਦੇ ਹਨ ਬਹੁਤ ਜ਼ਿਆਦਾ ਠੀਕ ਹੈ ਇਸ ਲਈ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸੰਗ ਸੰਗੀਤ ਸੰਯੋਗ ਸਵੇ ਸਜੀਵਨੀ ਸਵੇ स्वधीन स्वराज स्वदेश ठीक है ये ਤੁਹਾਨੂੰ ਮੈਂ ਅਲੱਗ-ਅਲੱਗ ਤਾਂ ਕਰਵਾ ਰਹੀਆਂ ਕਿਉਂਕਿ ਇਹ ਪੇਪਰ ਵਿੱਚ ਬਹੁਤ ਜ਼ਿਆਦਾ ਪੁੱਛੇ ਜਾਂਦੇ ਹਨ ਤੁਸੀਂ ਇਹਨੂੰ ਚੰਗੀ ਤਰ੍ਹਾਂ ਆਪ ਵੀ ਪੜ੍ਹ ਲਿਆ ਜੀ ਕ ਕਰੂਪ कपुत्र कुपाਤਰ कुकरम कुचज कुरीति ਕੰਮ ਦੇ ਨਾਲ ਕਮ ਅਕਲ ਕਮ ਜਾਤ ਦੂਰ ਦੁਰਘਟਨਾ ਦੁਰਗੰਧ ਦੁਰਦਾ धन धन भाग नी निकारा नी निक नी, नी नीलज नीडर निस निडराम निष्फल नीर निर्जी निर्जीव निर्दो निर्बल निर्मल पर जो लगता है ता प्रदेश प्रलोक प्रयाधीन प्रायस्त्री पढ़ ਪੜ ਦਾਦਾ ਪੜ ਨਾਨਾ ਪੜ ਪੋਤਾ ਬਦ ਬਦਬ ਕਿਸਮਤ ਬਦ ਚਲਨ ਬਦ ਸ਼ਕਲ ਮਨ ਮਨਮਤ ਮਨਜੀਤ ਮਨਮੁਖ ਠੀਕ ਹੈ ਬਾਕੀ ਤੁਸੀਂ ਆਪਣੇ ਆਪ ਇਹਨਾਂ ਨੂੰ ਪੜ ਲੈਣਾ ਠੀਕ ਹੈ ਹੁਣ ਆਪ ਅੱਗੇ ਕਰਨ ਜਾ ਰਹੇ ਹਾਂ 75 75 ਜੋ ਸ਼ਬਦ ਜਾਂ ਸ਼ਬਦਾਂਸ਼ ਮੂਲ ਸ਼ਬਦਾਂ ਦੇ ਪਿੱਛੇ ਲੱਗ ਕੇ ਉਹਨਾਂ ਦੇ ਅਰਥਾਂ ਵਿੱਚ ਵਿਸ਼ੇਸ਼ਤਾ ਪ੍ਰਗਟ ਕਰਦਾ ਹੈ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਪਿਛੇਤਰ ਜਿਵੇਂ ਕਿ ਹੁਣ ਉਹ ਹੈ ਇਹ ਬਚਾ ਉਹ ਪਿੱਛੇ ਲੱਗ ਗਿਆ ਨਾ ਬਚਾ ਦੇ ਬਚਾਈ ਇੱਕ ਮੂਲ ਸ਼ਬਦ ਹੈ ਇਸ ਦੇ ਪਿੱਛੇ ਉਹ ਲੱਗ ਗਿਆ ਤਾਂ ਕੀ ਬਣ ਗਿਆ ਬਚਾਓ ਕਮ ਕਮਾਓ ਲਗਾਓ ਪਕਾਓ ਆ ਠੀਕ ਹੈ ਝਗੜਾ ਅਧਿਆਪਕਾ ਠੀਕ ਹੈ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਆਈ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਆਈ ਪੰਡਤਾਈ ਚੰਗਿਆਈ ਲੜਾਈ ਪੜ੍ਹਾਈ ਕਮਾਈ ਅਕਾ ਕੜਾਕਾ ਧਮਾਕਾ ਲੜਾਕਾ ਇਹ ਵੀ ਇੰਪੋਰਟੈਂਟ ਹੈ ਆਰੀ ਬੋ ਜ਼ਿਆਦਾ ਇੰਪੋਰਟੈਂਟ ਹੈ ਲਿਖਾਰੀ ਬਿਖਾਰੀ ਖਿਡਾਰੀ ਈ ਲੰਬਾਈ ਚੌੜਾਈ ਖਿਚਾਈ ਕਿਉਂਕਿ ਇਸ ਤਰ੍ਹਾਂ ਦੇ ਉਹ ਜਾਣ ਕੇ ਪੁੱਛ ਲੈਂਦੇ ਹਨ ਜਿਵੇਂ ਹੁਣ ਆਰੀ ਲੱਗਿਆ ਲਿਖਾਰੀ ਬਿਖਾਰੀ ਖਡਾਰੀ ਕੁਝ ਇਹਨਾਂ ਨਾਲ ਦਾ ਇੱਕ ਮਿਲਦਾ ਜੁਲਦਾ ਹੋਰ ਸ਼ਬਦ ਤੁਹਾਡੇ ਲਈ ਰੱਖ ਦੇਣਗੇ ਪੁੱਛਣਗੇ ਇਹਨਾਂ ਵਿੱਚੋਂ ਇਹਦੇ ਵਿੱਚ 75 ਜਾਂ 80 ਕਿਹੜਾ ਲੱਗਿਆ ਹੋਇਆ ਹੈ ਠੀਕ ਹੈ ਹੁੰਦੇ ਬਹੁਤ ਸੁਖੇ ਆ ਪਰ ਜਦੋਂ ਉਹਨਾਂ ਨੇ ਇਸ ਤਰ੍ਹਾਂ ਨਾਲ ਕੁਐਸਚਨ ਪਾਏ ਹੁੰਦੇ ਹਨ ਕਿ ਕਨਫਿਊਜ਼ਨ ਹੋ ਜਾਂਦੀ ਹੈ ਠੀਕ ਹੈ ਤਾਂ ਇਸ ਲਈ ਤੁਸੀਂ ਜਿਹੜੇ ਆ ਵੀਡੀਓ ਨੂੰ ਜਰੂਰ ਚੰਗੀ ਤਰ੍ਹਾਂ ਸਮਝੋ ਦੇਖੋ ਤੇ ਜਿਹੜੇ ਮੈਂ ਪ੍ਰੀਵੀਅਸ ইয়ার ਕੁਐਸਚਨ ਲੈ ਕੇ ਆਉਣ ਵਾਲੀਆਂ ਤੁਹਾਡੇ ਲਈ ਠੀਕ ਹੈ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਸਮਝ ਲੈਣਾ ਕਿਉਂਕਿ ਉਹ ਕੁਐਸਚਨ ਮੋਸਟਲੀ ਪੰਜਾਬ ਦੇ ਗਵਰਨਮੈਂਟ ਇਗਜ਼ਾਮ ਵਿੱਚ ਰਿਪੀਟ ਹੀ ਹੁੰਦੇ ਹਨ ਬਹੁਤ ਜ਼ਿਆਦਾ ਤੁਹਾਡੇ ਲਈ ਫਾਇਦੇਮੰਦ ਹੋਣਗੇ ਅੱਗੇ ਆਮਨ आवट बनावट मिलावट डरावट तरावट आला हिमाला इंपोर्टेंट है हिमाला चमकीला, भड़कीला, गहरीला एरा, लुटेरा, पखेरा चंगेरा एक धार्मिक आत्मिक मानसिक सार हंडन सार, मिलन सार, एक सार शाल धर्मशाला पाठशाला गौशाला साल टकसाल घड़साल हार सरजनहार हार, हार, मिलनहार, हारा लकड़हारा हीन, हीन बलहीन मतहीन धर्महीन लेखक ढोलक बालक अगे हैं कार कलाकार सलाहकार टीकाकार, कारी मीनाकारी गुनकारी खोर चुगलखोर मुफत खोर, गार यादगार गुन गुनागार खिदमतगार गी शर्मिंदगी दीवानगी गंदगी नाराजगी घर शिकलीगर सिकलीगर बागीगर ठीक है घर डाकघर तारघर तार गुरु घर बिजली घर ची निशानची खजानची तो संगत मन्नत रंगत मिठत ता मंगता सुंदरता मनुखता शीतलता शीलता ते ਮਲੀਨਤਾ দান ਮਹਾਦਾਨ ਖੀਮਾਦਾਨ ਕਲਮਦਾਨ ਫੂਲਦਾਨ ਦਾਨੀ ਮਹਾਦਾਨੀ ਮੱਛਰਦਾਨੀ ਚੂਹੇਦਾਨੀ ਲੂਨਦਾਨ ਆ ਤੁਹਾਡੇ ਲਈ ਹੋਰ ਵੀ ਬਹੁਤ ਹਨ ਧਾਰ ਠੇਕੇਦਾਰ ਸੇਵਾਦਾਰ ਜ਼ਗੀਰਦਾਰ ਜਦਾਰਨੀ ਠੇਕੇਦਾਰਨੀ ਸੇਵਾਦਾਰਨੀ ਥਾਨੇਦਾਰਨੀ ਜ਼ਗੀਰਦਾਰਨੀ ਧਰ ਕਲਗੀਧਰ ਮੁਰਲੀਧਰ ਚੱਕਰਧਰ ਵਿਦਿਆਧਰ पा पा रंडे पा बाज जुए बाज, तोखे बाज दगा दगाबाज बान बाग बाँ दरबान मेहरबान कुरबान मंद अकलमंद सेहतमंद दौलतमंद मान शक्तिमान बुद्धिमान श्रीमान नी जादूगरनी फकीरनी शेरनी हीरनी आ भी बहुत ज़्यादा इंपोर्टेंट है नी ये भी बहुत ज़्यादा इंपॉर्टेंट है नी ला लाडला बाबला हेठला विचला उपरला लू दयालू कृपालू शरदालू कचालू वाह दिखावा बलावा चढ़ावा धर कलगीधर मुरलीधर चकरधर विद्याधर ਅੱਜ ਮੈਂ ਤੁਹਾਨੂੰ ਸਾਰੇ ਅਗੇਤਰ ਪਿਛੇਤਰ ਸਮਾਸੀ ਜੋ ਕਿ ਸ਼ਬਦ ਰਚਨਾ ਵਿੱਚ ਆਉਂਦੇ ਹਨ ਸ਼ਬਦ ਰਚਨਾ ਵੀ ਕਈ ਵਾਰ ਪੁੱਛ ਲੈਂਦੇ ਹਨ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਇਹ ਦੋ ਪ੍ਰਕਾਰ ਦੀ ਹੁੰਦੀ ਹੈ ਇਹ ਸ਼ਬਦ ਵੀ ਬਹੁਤ ਜ਼ਿਆਦਾ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਠੀਕ ਹੈ ਤਾਂ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦੇਣਾ ਚੈਨਲ ਨੂੰ ਅਜੇ ਤੱਕ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਇਸ ਦੇ ਰਿਲੇਟਿਡ ਹੋਰ ਵੀਡੀਓ ਆਵੇ ਤਾਂ ਤੁਹਾਨੂੰ ਨਾਲ ਦੀ ਨਾਲ ਪਤਾ ਲੱਗ ਜਾਏ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਥੈਂਕ ਯੂ